ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਅਜੀਤਪਾਲ ਸਿੰਘ ਬਿੰਦਰਾ, ਮੁੱਖ ਸੇਵਾਦਾਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਾਹਿਬ ਅਜੈ ਇਨਕਲੇਵ ਨਵੀਂ ਦਿੱਲੀ। ਕੁਛ ਆਪ ਨਾਲ ਗੁਰਦੁਆਰੇ ਦੇ ਐਡਮਿਨਿਸਟ੍ਰੇਸ਼ਨ ਬਾਰੇ ਸਾਂਝਾ ਕਰਨਾ ਚਾਹੁੰਦਾ ਕਿ ਅਸੀਂ ਕਾਫੀ ਟਾਈਮ ਤੋਂ ਗੁਰੂ ਘਰ ਦਾ ਸੰਭਾਲ ਕਰ ਰਹੇ ਹਾਂ ਕਮੇਟੀ ਰਾਹੀਂ, ਔਰ ਅਸੀਂ ਦੇਖਣ ਨੂੰ ਆ ਰਿਹਾ ਸੀ ਕਿ ਕਾਫੀ ਚੀਜ਼ਾਂ ਜਿਹੜੀਆਂ ਸਨ ਉਹ ਪੁਰਾਣੇ ਤਰੀਕੇ ਨਾਲ ਚੱਲਦੀਆਂ ਸਨ, ਜਿਸ ਤਰ੍ਹਾਂ ਅਕਾਊਂਟਸ ਨੂੰ ਲੈ ਲਈਏ ਤਾਂ ਅਕਾਊਂਟ ਸਾਰਾ ਪਰਚੀਆਂ ਰਾਹੀਂ ਰਸੀਦਾਂ ਕੱਟੀਆਂ ਜਾਂਦੀਆਂ ਸਨ, ਪਰਚੀਆਂ ਰਾਹੀਂ ਸਾਰਾ ਮੇਨਟੇਨ ਹੁੰਦਾ ਸੀ, ਰਜਿਸਟਰ ਰੱਖਣੇ ਪੈਂਦੇ ਸਨ। ਸੋ ਕਾਫੀ ਉਹਦੇ 'ਚ ਕੰਪਲੀਕੇਸ਼ਨਸ ਆਉਂਦੀਆਂ ਸਨ ਸਾਨੂੰ ਹਿਸਾਬ ਰੱਖਣ ਵਿੱਚ, ਕਈ ਵਾਰੀ ਪਰਚੀਆਂ ਕੱਟ ਜਾਂਦੀਆਂ ਸਨ, ਐਂਟਰੀ ਨਹੀਂ ਹੁੰਦੀ ਸੀ, ਅਤੇ ਕਾਫੀ ਉਹਦੇ 'ਚ ਸਾਨੂੰ ਪ੍ਰੋਬਲਮ ਆ ਰਹੀਆਂ ਸਨ। ਅਤੇ ਪਿਛਲੇ ਸਾਲ ਸਾਨੂੰ ਇੱਕ ਬੜਾ ਚੰਗਾ ਸੋਲਿਊਸ਼ਨ ਇੱਕ ਮਿਲਿਆ mygurudwara.com, ਜਿਹੜਾ ਕਿ ਇੱਕ ਗੁਰਦੁਆਰੇ ਦੇ ਪੂਰੇ ਸੇਵਾ ਸੰਭਾਲ ਦਾ ਇੰਤਜ਼ਾਮ ਕਰਦਾ ਹੈ, ਉਹਦੇ ਵਾਸਤੇ ਉਹਨਾਂ ਨੇ ਇੱਕ ਪੋਰਟਲ ਤਿਆਰ ਕੀਤਾ ਜਿਹਦੇ ਸਾਰੇ ਫੀਚਰਸ ਰੱਖੇ ਨੇ, ਜਿਹਦੇ 'ਚ ਤੁਹਾਡੀਆਂ ਸਵੇਰੇ ਜਿਹੜੀਆਂ ਅਸੀਂ ਪਰਚੀਆਂ ਕੱਟਦੇ ਹਾਂ ਸਵੇਰ ਦੇ ਦੀਵਾਨ ਵਿੱਚ, ਉਹਦਾ ਮੇਨਟੇਨੈਂਸ ਜਿਹੜਾ ਹੈ ਔਨਲਾਈਨ ਹੁੰਦਾ ਹੈ ਕੰਪਿਊਟਰ ਰਾਹੀਂ, ਉਸ ਤੋਂ ਬਾਅਦ ਬੁਕਿੰਗ ਜਿਹੜੀਆਂ ਨੇ ਸੰਗਤਾਂ ਨੇ ਪਾਠ ਦੀ ਬੁਕਿੰਗ ਕਰਾਉਣੀ ਹੈ, ਅਖੰਡ ਪਾਠ ਦੀ ਬੁਕਿੰਗ ਕਰਾਉਣੀ ਹੈ, ਸੁਖਮਨੀ ਸਾਹਿਬ ਦੇ ਪਾਠ ਦੀ ਬੁਕਿੰਗ ਕਰਾਉਣੀ ਹੈ, ਉਹ ਸਾਰੀਆਂ ਬੁਕਿੰਗ ਸੰਗਤਾਂ ਆਪਣਾ ਘਰੋਂ ਬਹਿ ਕੇ ਵੀ ਆਰਾਮ ਨਾਲ ਕਰਾ ਸਕਦੀਆਂ ਨੇ। ਸੋ ਕਾਫੀ ਸਾਨੂੰ ਸਹੂਲਤ ਮਿਲੀ ਹੈ ਜਦ ਤੋਂ ਅਸੀਂ ਇੱਕ ਸਾਲ ਤੋਂ ਇਹ ਸੋਫਟਵੇਅਰ ਇੰਪਲੀਮੈਂਟ ਕੀਤਾ ਆਪਣੇ ਗੁਰਦੁਆਰਾ ਸਾਹਿਬ ਵਿੱਚ, ਅਤੇ ਸਾਨੂੰ ਕਾਫੀ ਸਹੂਲਤਾਂ ਮਿਲੀਆਂ ਨੇ, ਖਾਸ ਤੌਰ 'ਤੇ ਜਿਹੜੀਆਂ ਸਾਡੀਆਂ ਅਕਾਊਂਟ ਦੀ ਰਿਪੋਰਟ ਆਉਂਦੀਆਂ ਨੇ ਉਹਦੇ 'ਚ ਸਾਡੇ ਕੋਲ ਕਿਹੜੇ ਹੈੱਡ 'ਚ ਕਿੰਨੇ ਫੰਡ ਆਏ, ਕਿਹੜੇ ਹੈੱਡ 'ਚ ਕਿੰਨੀ ਪਰਚੀਆਂ ਕੱਟੀਆਂ, ਦੇਖਦੇ ਫੰਡ 'ਚ ਦੇਖਦੇ ਹੈੱਡ 'ਚ ਕਿੰਨੀਆਂ ਪਰਚੀਆਂ ਕੱਟੀਆਂ, ਗੁਰਦੁਆਰੇ ਦੇ ਫੰਡ 'ਚ ਕਿੰਨੀ ਪਰਚੀਆਂ ਕੱਟੀਆਂ, ਲੰਗਰ ਦੇ ਵਿੱਚ ਕਿੰਨੀ ਪਰਚੀਆਂ ਕੱਟੀਆਂ, ਉਹ ਸਾਨੂੰ ਬੜਾ ਈਜ਼ੀ ਹੋ ਜਾਂਦਾ ਉਹਨੂੰ ਸੈਗਰੀਗੇਟ ਕਰਨਾ ਅਤੇ ਪੂਰਾ ਧਿਆਨ ਰੱਖਣਾ ਕਿ ਗੱਲ ਦੇ ਉੱਤੇ ਵੀ ਕਿਹੜੇ ਪਾਸੇ ਸੰਗਤ ਜ਼ਿਆਦਾ ਡੋਨੇਸ਼ਨ ਦੇ ਰਹੀ ਹੈ। ਅਤੇ ਜਿਸ ਤਰ੍ਹਾਂ ਹੀ ਔਨਲਾਈਨ ਦਾ ਬੈਨੀਫਿਟ ਬੜਾ ਹੈਗਾ ਕਿ ਤੁਹਾਨੂੰ ਕੋਈ ਰਸੀਦ ਦੇਣ ਦੀ ਲੋੜ ਨਹੀਂ ਪੈਂਦੀ, ਤੁਸੀਂ ਇੱਕ ਵਾਰੀ ਆਪਣਾ ਨੰਬਰ ਰਜਿਸਟਰ ਕਰਾ ਲਿਆ ਪੋਰਟਲ ਦੇ ਉੱਤੇ ਸੰਗਤਾਂ ਨੇ, ਅਤੇ ਜਿਸ ਤਰ੍ਹਾਂ ਸੰਗਤ ਕੋਈ ਡੋਨੇਟ ਕਰਦੀ ਉਹ ਨੰਬਰ ਪਾਉਂਦੇ ਹੀ ਜਿਵੇਂ ਕੋਈ ਡੋਨੇਸ਼ਨ ਕਰਦੀਆਂ ਜਾਂ ਕੁਛ ਵੀ ਗੁਰਦੁਆਰੇ ਨਾਲ ਸੰਬੰਧਿਤ ਕੋਈ ਵੀ ਐਕਟੀਵਿਟੀ ਕਰਦੀਆਂ ਨੇ, ਇਮੀਡੀਏਟਲੀ ਉਹਨਾਂ ਦੇ ਮੋਬਾਈਲ 'ਤੇ ਰਜਿਸਟਰਡ ਮੋਬਾਈਲ 'ਤੇ ਮੈਸੇਜ ਚਲਾ ਜਾਂਦਾ, SMS ਚਲਾ ਜਾਂਦਾ ਹੈ, ਕਨਫਰਮੇਸ਼ਨ ਹੋ ਜਾਂਦੀ ਹੈ ਕਿ ਪਾਠ ਬੁੱਕ ਕਰਾਉਣਾ ਹੋਏ ਚਾਹੇ ਹੋਰ ਵੀ ਕੁਝ ਕਰਨਾ ਹੋਏ। ਅੱਜ ਕੱਲ੍ਹ ਨਵਾਂ ਫੀਚਰ ਆਇਆ ਕਿ ਜਿਹਦੇ ਵਿੱਚ ਪ੍ਰਭਾਤ ਫੇਰੀਆਂ ਵੀ ਅਸੀਂ ਸੋਫਟਵੇਅਰ ਥਰੂ ਬੁੱਕ ਕਰਾ ਸਕਦੇ ਹਾਂ ਘਰ ਬੈਠੇ, ਉਹ ਤੁਹਾਨੂੰ ਇਮੀਡੀਏਟਲੀ ਮੈਸੇਜ ਚਲਾ ਜਾਏਗਾ ਵੀ ਤੁਹਾਡਾ ਜਿਹੜਾ ਤੁਸੀਂ ਜਿਹੜੀ ਰਿਕੁਐਸਟ ਪਾਈ ਸੀ ਉਹਦਾ ਕੀ ਸਟੇਟਸ ਹੈ, ਉਹ SMS ਰਾਹੀਂ ਤੁਹਾਨੂੰ ਸੋਫਟਵੇਅਰ ਭੇਜ ਦਿੰਦਾ, ਤੁਹਾਨੂੰ ਦੱਸ ਦਿੰਦਾ। ਸੋ ਕੁੱਲ ਮਿਲਾ ਕੇ ਬੜਾ ਅੱਛਾ ਇੱਕ ਗੁਰਦੁਆਰੇ ਦੇ ਐਡਮਿਨਿਸਟ੍ਰੇਸ਼ਨ ਵਾਸਤੇ, ਐਡਮਿਨਿਸਟ੍ਰੇਸ਼ਨ ਪੁਆਇੰਟ ਆਫ ਵਿਊ ਵਾਸਤੇ ਬੜਾ ਅੱਛਾ ਇੱਕ ਸੋਫਟਵੇਅਰ ਹੈ। ਜਦ ਤੋਂ ਅਸੀਂ ਲਾਇਆ ਇੱਕ ਸਾਲ ਤੋਂ ਕਾਫੀ ਸਾਨੂੰ ਸਹੂਲਤਾਂ ਮਿਲੀਆਂ ਨੇ ਇਹਦੇ ਵਿੱਚ, ਹੁਣ ਜਿਹੜਾ ਹੈ ਉਹ ਅੱਜ ਲੇਟੈਸਟ ਜਿਹੜੇ ਫੀਚਰ ਐਡ 'ਚ ਐਡ ਕੀਤੇ ਨੇ ਕਿ ਲਾਈਵ ਟੈਲੀਕਾਸਟ ਗੁਰਦੁਆਰਾ ਸਾਹਿਬ ਦੇ ਜਿਹੜੇ ਸਵੇਰੇ ਦੀਵਾਨ ਹੁੰਦੇ ਨੇ ਸ਼ਾਮ ਦੇ ਦੀਵਾਨ ਹੁੰਦੇ ਨੇ ਉਹਦਾ ਲਾਈਵ ਟੈਲੀਕਾਸਟ ਅਸੀਂ ਇੱਥੋਂ ਇਸ ਸੋਫਟਵੇਅਰ ਰਾਹੀਂ ਕਰ ਸਕਦੇ ਹਾਂ, ਜਿਹੜੀ ਸੰਗਤਾਂ ਘਰ ਬੈਠੀਆਂ ਨੇ ਜਾਂ ਕਿੱਥੇ ਵੀ ਬੈਠੀਆਂ ਨੇ ਉਹ ਗੁਰਦੁਆਰਾ ਸਾਹਿਬ ਦਾ ਲਾਈਵ ਟੈਲੀਕਾਸਟ ਪ੍ਰੋਗਰਾਮ ਇਸ ਸੋਫਟਵੇਅਰ ਰਾਹੀਂ ਦੇਖ ਸਕਦੀਆਂ ਨੇ। ਸੋ ਕਾਫੀ ਅੱਛੇ ਫੀਚਰ ਨਵੇਂ ਨਵੇਂ ਟੈਕਨੋਲੋਜੀ ਹੈਗੀ ਉਹ ਨਿਕਲ ਕੇ ਆ ਰਹੇ ਨੇ। ਹੁਣ ਨਵਾਂ ਫੀਚਰ ਆਇਆ ਕਿ ਤੁਸੀਂ ਡੋਨੇਸ਼ਨ ਕਰਨੀ ਹੈ, ਤੁਸੀਂ QR ਕੋਡ ਆਪਣੇ ਗੁਰਦੁਆਰਾ ਸਾਹਿਬ ਦੇ ਬਾਹਰ ਟੰਗ ਦਿਓ ਜਾਂ ਕੈਸ਼ ਕਾਊਂਟਰ ਦੇ ਉੱਪਰ ਲਾ ਦਿਓ ਜਾਂ ਤੁਸੀਂ ਵੈਬਸਾਈਟ 'ਤੇ ਪਾ ਦਿਓ, ਉੱਥੋਂ ਵੀ ਸੰਗਤਾਂ ਘਰ ਬੈਠੇ QR ਕੋਡ ਸਕੈਨ ਕਰਕੇ ਆਪਣਾ ਦਸਵੰਤ ਦੇ ਸਕਦੀਆਂ ਨੇ, ਗੁਰਦੁਆਰਾ ਸਾਹਿਬ ਨੂੰ ਜਿਹੜਾ ਦਾਨ ਦੇਣਾ ਉਹ ਦੇ ਸਕਦੀਆਂ ਨੇ। ਸੋ ਇਹ ਫੀਚਰ ਸਾਨੂੰ ਕਾਫੀ ਅੱਛੇ ਪਸੰਦ ਆਏ ਨੇ ਸਾਨੂੰ, ਔਰ ਜਦ ਤੋਂ ਅਸੀਂ ਇੰਪਲੀਮੈਂਟ ਕਰਾਇਆ ਹੈ ਸੋਫਟਵੇਅਰ ਅਤੇ ਕੋਈ ਤਕਲੀਫ ਸਾਨੂੰ ਨਹੀਂ ਹੋਈ, ਕੋਈ ਜ਼ਿਆਦਾ ਸਾਨੂੰ ਮੇਨਟੇਨੈਂਸ ਦੀ ਲੋੜ ਨਹੀਂ ਪਈ, ਕੋਈ ਅਸੀਂ ਕੋਈ ਜ਼ਿਆਦਾ ਗੁਰਦੁਆਰੇ 'ਚ ਕੋਈ ਐਸਾ ਕੋਈ ਖਰਚਾ ਨਹੀਂ ਕੀਤਾ। ਸਾਡੇ ਇੰਟਰਨੈਟ ਕਨੈਕਸ਼ਨ ਲੱਗਿਆ ਹੈ, ਨਾਲ ਇੱਕ ਲੈਪਟੋਪ ਅਤੇ ਪ੍ਰਿੰਟਰ ਲੱਗਿਆ ਹੈ। ਪ੍ਰਿੰਟਰ ਵੀ ਹੈ ਕਿ ਕੋਈ ਜਿਹਨੂੰ ਰਸੀਦ ਬਹੁਤ ਜ਼ਿਆਦਾ ਮੰਗਦਾ ਤਾਂ ਦੇਈਦਾ, ਨਹੀਂ ਤਾਂ ਭਾਈ ਸਾਰੀ ਸੰਗਤਾਂ ਅੱਜ ਕੱਲ੍ਹ ਬਿਨਾਂ ਰਸੀਦ ਦੇ SMS ਚਲਾ ਜਾਂਦਾ, ਜੋ ਵੀ ਮਾਇਆ ਉਹ ਗੁਰਦੁਆਰਾ ਸਾਹਿਬ ਵੀ ਦਾਨ ਦਿੰਦੇ ਨੇ, ਇਮੀਡੀਏਟਲੀ ਨੰਬਰ ਪੈਂਦਾ ਤਾਂ ਉਹਨਾਂ ਨੂੰ SMS ਚਲੀ ਜਾਂਦਾ ਚਲਾ ਜਾਂਦਾ। ਸੋ ਪੁਰਾਣੇ ਸਿਸਟਮ ਗੁਰਦੁਆਰਾ ਸਾਹਿਬ ਦੇ ਕਾਫੀ ਕੰਪਲੀਕੇਟਿਡ ਸਨ, ਅਤੇ ਹੁਣ ਨਵੀਂ ਟੈਕਨੋਲੋਜੀ ਜਿਹੜੀ ਹਰ ਪਾਸੇ ਆ ਗਈ ਹੈ, ਹਰ ਖੇਤਰ ਵਿੱਚ ਟੈਕਨੋਲੋਜੀ ਦਾ ਇਸਤੇਮਾਲ ਹੋ ਰਿਹਾ, ਅਤੇ ਗੁਰਦੁਆਰਾ ਵਿੱਚ ਵੀ ਅਸੀਂ ਸ਼ੁਰੂ ਕੀਤਾ ਅਤੇ ਬੜਾ ਅੱਛਾ ਸਾਨੂੰ ਰਿਸਪੋਂਸ ਮਿਲਿਆ ਸੰਗਤਾਂ ਕੋਲੋਂ ਵੀ, ਔਰ ਮੈਨੇਜਮੈਂਟ ਤੋਂ ਵੀ ਅਸੀਂ ਜਿਹੜੇ ਫੀਡਬੈਕ ਲਿਆ ਆਪਣੇ ਜਿਹੜੇ ਕੰਮ ਜਿਹੜੇ ਸਾਡੇ ਸੇਵਾਦਾਰ ਇਸ ਕੰਮ ਨੂੰ ਓਪਰੇਟ ਕਰ ਰਹੇ ਨੇ, ਸਿਸਟਮ ਨੂੰ ਓਪਰੇਟ ਕਰ ਰਹੇ ਨੇ, ਉਹਨਾਂ ਨੇ ਵੀ ਕਾਫੀ ਅੱਛਾ ਫੀਡਬੈਕ ਦਿੱਤਾ ਕਿ ਕਾਫੀ ਅੱਛੀ ਇਹਦੀ ਪਰਫੋਰਮੈਂਸ ਰਹੀ ਹੈ ਸੋਫਟਵੇਅਰ ਦੀ। ਸੋ ਅਸੀਂ ਜਿੰਨੇ ਵੀ ਸਿੰਘ ਸਭਾ ਗੁਰਦੁਆਰੇ ਹੋਰ ਹੈਗੇ ਨੇ ਦਿੱਲੀ ਵਿੱਚ ਜਾਂ ਹੋਰ ਹਿੰਦੁਸਤਾਨ ਵਿੱਚ ਭਾਰਤ ਵਿੱਚ ਹੈਗੇ ਨੇ, ਸੋ ਅਸੀਂ ਸਭ ਨੂੰ ਇਹਦੀ ਜਿਹੜੀ ਰਿਕਮੈਂਡੇਸ਼ਨ ਜ਼ਰੂਰ ਕਰਨੇ ਹਾਂ, ਅਪੀਲ ਕਰਨੇ ਹਾਂ ਕਿ ਸਿਸਟਮ ਆਪਣੇ ਹਰ ਬੰਦਾ ਆਪਣੇ ਗੁਰਦੁਆਰੇ 'ਚ ਲਵਾਏ, ਤਾਂ ਕਿ ਜਿਹੜਾ ਇੱਕ ਟਰਾਂਸਪੇਰੈਂਸੀ ਜਿਹੜੀ ਗੁਰਦੁਆਰੇ 'ਚ ਉਹ ਵੀ ਮੇਨਟੇਨ ਹੋ ਜਾਂਦੀ ਹੈ, ਹਰ ਕੋਈ ਸੰਗਤ ਦਾ ਬੰਦਾ ਸਭ ਕੁਛ ਜਿਹੜਾ ਹੈ ਚਿੱਠਾ ਤੁਹਾਡਾ ਹੈ ਉਹ ਸੋਫਟਵੇਅਰ 'ਤੇ ਦੇਖ ਸਕਦਾ ਹੈ। ਸੋ ਕਾਫੀ ਅੱਛਾ ਸਿਸਟਮ ਹੈ, ਮੈਂ ਅਪੀਲ ਕਰਾਂਗਾ ਸਾਰੇ ਸਿੰਘ ਸਭਾਵਾਂ ਨੂੰ, ਔਰ ਸਾਡੇ ਵੱਲੋਂ ਤਾਂ ਬੜੀ ਪ੍ਰਵਾਨਗੀ ਹੈ, ਸਿਸਟਮ ਦੀ ਬੜਾ ਅੱਛਾ ਸਿਸਟਮ ਚੱਲ ਰਿਹਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।